ਲੁਧਿਆਣਾ ਰੋਡ ਵਾਲਾ ਟੋਲ ਪਲਾਜ਼ਾ ਹੋਇਆ ਬੰਦ। ਬਰਨਾਲਾ ਵਾਲਿਆਂ ਨੂੰ ਮਿਲੀ ਟੈਕਸ ਤੋਂ ਵੱਡੀ ਰਾਹਤ। ਹੁਣ ਟੈਕਸ ਦੇਣ ਤੋਂ ਬਚਣਗੇ ਆਮ ਰਾਹਗੀਰ। ਆਪ ਸਰਕਾਰ ਵੱਲੋਂ ਦਿੱਤਾ ਗਿਆ ਤੋਹਫ਼ਾ। ਲੋਕ ਸਭਾ ਚੋਣਾਂ ਤੋਂ ਆਮ ਆਦਮੀ ਪਾਰਟੀ ਐਕਸ਼ਨ ਦੇ ਵਿੱਚ। ਤਾਂ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ। ਮੈਂ ਲਕਸ਼ਿਆ ਆਨੰਦ। ਇਸ ਵੇਲੇ ਦੀ ਵੱਡੀ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਬਰਨਾਲਾ ਲੁਧਿਆਣਾ ਰੋਡ ਦੇ ਉੱਤੇ ਬਣਿਆ ਹੋਇਆ ਜਿਹੜਾ ਟੋਲ ਪਲਾਜ਼ਾ ਸੀ, ਉਸ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਇਸ ਟੋਲ ਪਲਾਜ਼ੇ ਦਾ ਸਮਾਂ ਪੂਰਾ ਹੋ ਚੁੱਕਿਆ ਸੀ, ਜਿਸ ਤੋਂ ਬਾਅਦ ਇਸ ਨੂੰ ਹੁਣ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਵੀ ਕਈ ਟੋਲ ਪਲਾਜ਼ਿਆਂ ਨੂੰ ਮੁਕੰਮਲ ਬੰਦ ਕੀਤਾ ਗਿਆ, ਕਿਉਂਕਿ ਉਹਨਾਂ ਦੀ ਜਿਹੜੀ ਅਵਧੀ ਸੀ ਉਹ ਪੂਰੀ ਹੋ ਚੁੱਕੀ ਸੀ, ਅਤੇ ਹੁਣ ਇੱਕ ਹੋਰ ਬਰਨਾਲਾ ਲੁਧਿਆਣਾ ਰੋਡ 'ਤੇ ਬਣਿਆ ਹੋਇਆ ਟੋਲ ਪਲਾਜ਼ਾ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਤਾਂ ਹੁਣ ਟੈਕਸ ਦੇਣ ਤੋਂ ਲੋਕ ਬਚਣਗੇ, ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਇਹ ਵੱਡਾ ਤੋਹਫ਼ਾ ਹੈ। ਤਾਂ ਬਰਨਾਲਾ ਦੇ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਲੁਧਿਆਣਾ ਬਰਨਾਲਾ ਰੋਡ 'ਤੇ ਬਣਿਆ ਹੋਇਆ ਇਹ ਟੋਲ ਪਲਾਜ਼ਾ, ਜਿਸ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਹ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਇਸਦਾ ਜਿਹੜਾ ਸਮਾਂ ਸੀ, ਠੇਕਾ ਸੀ, ਉਹ ਖਤਮ ਹੋ ਚੁੱਕਾ ਸੀ। ਉਸ ਦੇ ਬਾਵਜੂਦ ਇੱਥੇ ਟੈਕਸ ਵਸੂਲਿਆ ਜਾ ਰਿਹਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਬਰਨਾਲਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਤਾਂ ਵੱਡੀ ਖੁਸ਼ਖਬਰੀ ਹੈ, ਤੜਕਸਾਰ ਵੱਡੀ ਖੁਸ਼ਖਬਰੀ ਲੋਕਾਂ ਨੂੰ ਮਿਲੀ ਹੈ ਕਿ ਬਰਨਾਲਾ ਲੁਧਿਆਣਾ ਰੋਡ 'ਤੇ ਬਣਿਆ ਹੋਇਆ ਟੋਲ ਟੈਕਸ ਬੰਦ ਹੋ ਗਿਆ ਹੈ। ਆਪ ਸਰਕਾਰ ਦੇ ਵੱਲੋਂ ਇਹ ਤੋਹਫ਼ਾ ਦਿੱਤਾ ਗਿਆ ਹੈ ਲੋਕਾਂ ਨੂੰ। ਲਗਾਤਾਰ ਆਮ ਆਦਮੀ ਪਾਰਟੀ ਜਿਹੜੇ ਟੋਲ ਬਣੇ ਹੋਏ ਨੇ ਉਹਨਾਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਦੀ ਜਾ ਰਹੀ ਹੈ, ਕਿਉਂਕਿ ਇਹਨਾਂ ਦੇ ਠੇਕੇ ਪੂਰੇ ਹੋ ਚੁੱਕੇ ਨੇ। ਇਸ ਦੇ ਬਾਵਜੂਦ ਚੱਲੀ ਜਾ ਰਹੇ ਸੀ, ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਅਤੇ ਟੋਲ ਪਲਾਜ਼ੇ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਹੈ। ਜਿਹੜਾ ਇਹ ਟੋਲ ਪਲਾਜ਼ਾ ਬੰਦ ਹੋਇਆ, ਅਸੀਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਪਰ ਸਰਕਾਰ ਨੂੰ ਇੱਕ ਪੁਰਜੋਲ ਅਪੀਲ ਕਰਦੇ ਹਾਂ। ਜਿੱਥੇ ਇਹ ਕੋਪਰੇਟ ਘਰਾਣਿਆਂ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਮਦਦ ਕਰ ਰਹੀ ਆ, ਪੰਜਾਬ ਦੇ ਵਿੱਚ ਥਾਂ ਥਾਂ 'ਤੇ ਸੜਕਾਂ ਬਣਾ ਰਹੀ ਹੈਗੀ, ਉਹਨਾਂ ਸੜਕਾਂ ਦੇ ਉੱਤੇ ਅਜਿਹੇ ਟੋਲ ਪਲਾਜ਼ੇ ਲੱਗ ਰਹੇ ਨੇ ਜਿੱਥੇ ਸਾਨੂੰ ਚੜ੍ਹ ਨਹੀਂ ਦਿੱਤਾ ਜਾਣਾ। ਜਿਹੜੇ ਬੰਦੇ ਕੋਲ ਪਾਵਰ ਹੋਊਗੀ ਪੈਸੇ ਦੀ, ਉਹੀ ਬੰਦਾ ਉਹਨਾਂ ਸੜਕਾਂ ਦੇ ਉੱਪਰ ਚੜ੍ਹ ਸਕੂਗਾ। ਉੱਥੇ ਅਸੀਂ ਇਹ ਵੀ ਮੰਗ ਕਰਦੇ ਹਾਂ ਵੀ ਇਹ ਟੋਲ ਪਲਾਜ਼ੇ ਬਿਲਕੁਲ ਬੰਦ ਹੀ ਹੋਣੇ ਚਾਹੀਦੇ ਨੇਗੇ, ਨਾ ਮਾਤਰ ਹੋਣੇ ਚਾਹੀਦੇ ਆ, ਜੇਕਰ ਲੱਗਣੇ ਚਾਹੀਦੇ ਆ। ਉਸ ਦੇ ਨਾਲ ਸੜਕਾਂ ਦੀ ਮੁਰੰਮਤ ਚਾਹੀਦੀ ਆ। ਅਤੇ ਜਿਸ ਤਰ੍ਹਾਂ ਇਹ ਟੋਲ ਪਲਾਜ਼ਾ ਬੰਦ ਹੋਇਆ, ਅਸੀਂ ਸਰਕਾਰ ਤੋਂ ਮੰਗ ਵੀ ਕਰਦੇ ਹਾਂ ਵੀ ਇਹ ਟੋਲ ਪਲਾਜ਼ਾ ਬੰਦ ਤਾਂ ਹੋ ਗਿਆ, ਕਿਤੇ ਥੋੜ੍ਹੇ ਸਮੇਂ ਨੂੰ ਇਹ ਸੜਕ ਨਾ ਟੁੱਟ ਜਾਵੇ, ਸੜਕ ਬਣੀ ਵੀ ਤੁਹਾਨੂੰ ਖਿਆਲ ਕਰਨਾ ਚਾਹੀਦਾ ਗਾ। ਅਤੇ ਜਿਹੜੇ ਇੱਥੇ ਮੁਲਾਜ਼ਮ ਰੱਖੇ ਹੋਏ ਸੀ ਉਹਨਾਂ ਨੂੰ ਵੀ ਸਰਕਾਰ ਬਣੀਓ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਉਹਨਾਂ ਨੂੰ ਕਿਸੇ ਪਾਸੇ ਨੌਕਰੀ ਦਿੱਤੀ ਜਾਵੇ। ਪਰ ਸਾਡੀ ਭਾਰਤੀ ਕਿਸਾਨ ਜਿਵੇਂ ਡਕਾਉਂਦਾ ਜਥੇਬੰਦੀ ਨੇ ਅੱਜ ਤੋਂ 2 ਸਾਲ ਪਹਿਲਾਂ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਨਾਲ ਭਰਾਤੀ ਜਥੇਬੰਦੀਆਂ ਨੂੰ ਲੈ ਕੇ ਲਵੇ ਲਾਉਣੇ ਦੇ ਜਿੰਨੇ ਪਿੰਡ 'ਚ ਇਹ ਜਥੇਬੰਦ ਟੋਲ ਪਲਾਜ਼ੇ ਤੋਂ ਜਥੇਬੰਦੀਆਂ ਨੇ ਬਿਲਕੁਲ ਫ੍ਰੀ ਕਰਵਾਏ ਸੀਗੇ। ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਜਿਨ੍ਹਾਂ ਨੇ ਮਿਆਦ ਪੂਰੀ ਹੋਣ 'ਤੇ ਅੱਗੇ ਮਿਆਦ ਨਹੀਂ ਦਿੱਤੀ ਹੈਗੀ, ਇਹ ਟੋਲ ਪਲਾਜ਼ਾ ਬੰਦ ਕੀਤਾ। ਪਰ ਇਹੀ ਮੰਗ ਹੈਗੀ ਸਾਡੀ ਵੀ ਕਿਤੇ ਇਹ ਥੋੜ੍ਹੇ ਸਮੇਂ ਨੂੰ ਦੁਬਾਰਾ ਨਾ ਚੱਲ ਪਏ। ਜਿਹੜਾ ਟੋਲ ਦੇ ਤਾਂ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਨਾਲ ਹੀ ਤੁਹਾਡਾ ਵੀ ਕਰਦੇ ਹਾਂ ਜਿਹੜੇ ਤੁਸੀਂ ਆ ਕੇ
ਇੱਥੇ ਪ੍ਰਚਾਰ ਕਰਿਆ ਅਤੇ ਪੁੱਛਿਆ ਸਾਤੋਂ। ਮਾਨ ਸਰਕਾਰ ਦਾ ਧੰਨਵਾਦ ਹੈ ਜੀ। ਤਕਰੀਬ ਇਹਨੂੰ 15-16-17 ਸਾਲ ਹੋ ਗਏ ਟਰੋਲ ਨੂੰ ਲੱਗੇ ਇਹਨੂੰ, ਅਤੇ ਉਦੋਂ ਦਾ ਇਹ ਚੱਲੀ ਜਾਂਦਾ ਗਾ। ਕਿਸੇ ਸਰਕਾਰ ਨੇ ਕੋਈ ਆਈ ਆ ਉਹਨਾਂ ਨੇ ਕੋਈ ਵੱਧ ਨਹੀਂ ਕਰਿਆ, ਸਿਰਫ ਇੱਕੋ ਇੱਕ ਮਾਨ ਸਰਕਾਰ ਹੈਗੀ ਜਿਨ੍ਹਾਂ ਨੇ ਉਹ ਕਰਕੇ ਬੰਦ ਕਰਿਆ ਸਟੋਲ। ਇਹ ਨਹੀਂ ਕਰੇ ਜੀ, ਹੋਰ ਵੀ 8-10 ਸਟੋਲ ਬੰਦ ਕਰੇ ਨੇ। ਅਤੇ ਸਾਨੂੰ ਇਹਦਾ ਇੱਕ ਇਹ ਫਾਇਦਾ ਹੋ ਗਿਆ ਵੀ ਇੱਥੋਂ ਦੀ ਨਾ ਟਿੱਪਰ ਰੇਤੇ ਵਾਲੇ ਜਾਂ ਵੱਡੀਆਂ ਗੱਡੀਆਂ ਕਈ ਵਾਰੀ ਰਾਤ ਬਰਾਤੇ ਉਹ ਇੱਧਰਲੇ ਪਾਸੇ ਪਿੰਡ ਹੈਗਾ ਗੰਗੂਹੋਰ, ਇਹਦੇ ਵਿੱਚ ਦੀ ਜਾ ਕੇ ਸਾਈਡ ਤੋਂ ਦੀ ਮਤਲਬ ਉਹਦੇ ਚੜ੍ਹ ਜਾਂਦੀਆਂ ਸੀ ਸੜਕ 'ਤੇ, ਅਤੇ ਉੱਧਰੋਂ ਉਹ ਇੱਧਰ ਕਿਰਪਾਲ ਸਿੰਘ ਵਾਲੇ ਤੋਂ ਹੋ ਕੇ ਉੱਧਰ ਦੀ ਜਾ ਕੇ ਮਹਿਲਗਲਾਂ ਜਾਂਦੀ। ਸਾਡੀਆਂ ਜਿਹੜੀਆਂ ਨਾਲੀਆਂ ਜਾਂ ਗਲੀਆਂ ਦੇ ਜਿਹੜੇ ਪੁਲ ਹੁੰਦੇ ਉਹ ਭੰਨੇ ਰੱਖੇ ਆ, ਹੁਣ ਸਹੀ ਵਜ਼ਨ ਬਾਹਲਾ ਹੁੰਦਾ। ਪਿੰਡ ਦੀਆਂ ਜਿਹੜੀਆਂ ਸੜਕਾਂ ਹੁੰਦੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਅੱਜ ਤੋਂ ਘੱਟ ਹੁੰਦੀਆਂ ਲੋੜ ਦੇ ਮੁਤਾਬਕ। ਜਦੋਂ ਜ਼ਿਆਦਾ ਲੋੜ ਲੰਘਦਾ ਸੀ ਉਹ ਮਤਲਬ ਨਾਲੀਆਂ ਗਲੀਆਂ ਦੇ ਸਾਡੇ ਪੁਲ ਆ ਜਿਹੜੇ ਆਮ ਹੀ ਜਨਤਾ ਨੂੰ ਉੱਥੋਂ ਲੰਘਣ ਦਾ ਹੋਰ ਮੰਡੀਆਂ ਵੇਲੇ ਬਹੁਤ ਦਿੱਕਤ ਪੈਂਦੀ ਸੀ। ਸੋ ਹੁਣ ਇਹਦਾ ਅਸੀਂ ਮਾਨ ਸਰਕਾਰ ਦਾ ਪੰਡੋਰੀ ਸਾਹਿਬ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਟੋਲ ਪਲਾਜ਼ਾ ਬੰਦ ਕਰਿਆ, ਅਤੇ ਬਸ ਜਨਤਾ ਨੂੰ ਇਹਦਾ ਫਾਇਦਾ ਹੀ ਫਾਇਦਾ ਜੀ। ਅਤੇ ਟੋਲ ਪਲਾਜ਼ਾ ਬੰਦ ਹੋਣ ਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ। ਹਰੇਕ ਦੀ ਜਿਹਦੇ ਵਿੱਚੋਂ 200 ਰੁਪਈਆ ਨਿਕਲ ਜਾਂਦਾ ਸੀ ਉਹ ਹਰੇਕ ਰਾਜਗੀਰੀ ਦਾ ਬਚੂਗਾ, ਜੋ ਕਿ ਹੁਣ ਬਠਿੰਡੇ ਤੋਂ ਲੈ ਕੇ ਲੁਧਿਆਣੇ ਤੱਕ ਮੁੱਲਾਪੁਰ ਤੱਕ ਕੋਈ ਟੂਲ ਟੈਕਸ ਨਹੀਂ ਲੱਗੂਗਾ। ਅਤੇ ਜੋ ਇੱਥੇ ਟੂਲ ਦੀ ਮਹੀਨੇ ਦੀ ਆਮਦਨ ਸੀਗੀ 5,23,000 ਰੁਪਈਆ ਸੀਗੀ, ਜੋ ਲੋਕਾਂ ਨੂੰ ਇਹ ਚੀਜ਼ ਤੋਂ ਬਹੁਤ ਰਾਹਤ ਮਿਲੂਗੀ ਅਤੇ ਲਵੇ ਲਾਉਣੇ ਪਿੰਡ ਵਾਲਿਆਂ ਨੂੰ ਸੜਕਾਂ ਤੋਂ ਰਾਹਤ ਮਿਲੂਗੀ। ਦੇਖੋ ਪੜ੍ਹੇ ਲਿਖੇ ਮੁੰਡਿਆਂ ਨੂੰ ਰੁਜ਼ਗਾਰ ਮਿਲੂ, ਗਵਰਨਮੈਂਟ ਦੇਊਗੀ, ਅਤੇ ਜੋ ਵੀ ਆਪਣਾ ਬੇਗਰਾਂ ਲਈ ਮਾਨ ਸਰਕਾਰ ਬਹੁਤ ਸੋਚ ਸਮਝ ਕੇ ਵਿਚਾਰ ਕਰ ਰਹੀ ਹੈ, ਵੀ ਆਹ ਨਹੀਂ ਹੈ ਵੀ ਲੋਕਾਂ ਨੂੰ ਲੁੱਟਣ ਵਾਲਾ ਕੰਮ ਨਹੀਂ ਗਵਰਨਮੈਂਟ ਕਰ ਰਹੀ ਆਪਣੀ।